12 अगस्त 1953 ਵਿੱਚ ਸਰਦਾਰ ਹਰਭਜਨ ਸਿੰਘ ਅਤੇ ਗੁਰਦੇਵ ਸਿੰਘ ਵਾਸੀ ਮੰਡਿਆਲੀ ਕਲਾਂ ਦੋਨੋਂ ਹੀ ਹਲ ਚਲਾ ਰਹੇ ਸੀ। ਆਖਰੀ ਸਿਆਣਾ ਵੇਲੇ ਗੁਰਦੇਵ ਸਿੰਘ ਦੇ ਹਲ ਦਾ ਫਲ ਮੰਜੀ ਸਾਹਿਬ ਵਿੱਚ 2-3 ਵਾਰ ਲੱਗ ਗਿਆ। ਬੈਲ ਤੇ ਗੁਰਦੇਵ ਸਿੰਘ ਕੁਝ ਡਰੇ, ਹਲ ਵਾਹੁਣਾ ਬੰਦ ਕਰਕੇ ਵਾਪਸ ਘਰ ਪਰਤ ਗਏ। ਜਾ ਕੇ ਬਾਬਾ ਕਿਰਪਾਲ ਸਿੰਘ ਪਾਸ ਇਹ ਜ਼ਿਕਰ ਕੀਤਾ, ਬਾਬਾ ਜੀ ਗੁਰੂ ਘਰ ਦੇ ਸ਼ਰਧਾਲੂ ਅਤੇ ਸਿੱਖ ਇਤਿਹਾਸ ਦੇ ਜਾਣੂ ਚਾਰੇ ਕੋਟਿਆਂ ਦੇ ਵਿੱਚ ਵੱਡੀ ਉਮਰ ਦੇ ਬਜ਼ੁਰਗ ਸਨ। ਉਹਨਾਂ ਇਲਾਕਿਆਂ ਦੇ ਸੰਗਤਾਂ ਨੂੰ ਇਕੱਠਾ ਕੀਤਾ ਅਤੇ ਜਗ੍ਹਾ ਪੁੱਟ ਕੇ ਵੇਖੀ ਤਾਂ ਪਵਿੱਤਰ ਅਸਥਾਨ ਮੰਜੀ ਸਾਹਿਬ ਦੇ ਦਰਸ਼ਨ ਹੋਏ ਅਤੇ ਉਹਨਾਂ ਨੇ ਕਿਹਾ, ਇਹ ਅਸਥਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 6ਵੇਂ ਪਾਤਸ਼ਾਹੀ ਮੇਰੀ ਪੀਰੀ ਮਾਲਕ ਜੀ ਦਾ ਹੈ। ਵੀ ਗੁਰੂ ਘਰ ਦੇ ਦਰਸ਼ਨ ਤਾਂ ਬਹੁਤ ਵਧੀਆ ਹੋ ਗਏ ਅਤੇ ਗੁਰੂ ਘਰ ਦੇ ਨਾਲ ਨਾਲ ਨਾ ਇੱਕ ਨਾ ਸਾਡੇ ਉਹ ਸਾਹਮਣੇ ਪਿੱਛੇ ਬਹੁਤ ਵਧੀਆ ਕਿਲ੍ਹਾ ਵਾ, ਮੈਂ ਕਹਿੰਦਾ ਉੱਥੇ ਵੀ ਘੁੰਮਣ ਚੱਲਦੇ, ਨਾਲੇ ਤੁਹਾਨੂੰ ਉੱਥੇ ਵੀ ਦਿਖਾਉਂਦੇ ਹਾਂ। ਆਏ ਫਿਰ ਬਹੁਤ ਪ੍ਰਾਚੀਨ ਕਿਲ੍ਹਾ ਵਾ, ਇਹ ਰਾਜੇ ਮਹਾਰਾਜਿਆਂ ਦੇ ਟਾਈਮ ਦਾ ਵਾ, ਅਤੇ ਉਹਦੇ ਨੂੰ ਉੱਥੇ ਜਾ ਕੇ ਦਿਖਾਉਂਦੇ ਹਾਂ। ਬਾਕੀ ਬਰੇ ਉਰੇ ਤਾਂ ਲੌਕ ਲੱਗਿਆ ਪਿਆ, ਬਸ ਦੁਆਰ ਟੱਪ ਕੇ ਹੀ ਜਾਣਾ ਪੈਣਾ ਹੁਣ ਤਾਂ। ਓ ਵਾਹ, ਹੋ ਜਾਓ ਕੰਧਾਂ 'ਤੇ ਫਿਰੇ ਬਰੇ, ਆ ਕੀ ਕਰਨ ਲੱਗੇ? ਅੰਦਰ ਤਾਂ ਜਾਣਾ ਹੀ ਆ, ਹੁਣ ਕੀ ਕਰੀਏ। ਵਾਹ ਜੀ ਵਾਹ, ਇੰਨੀਆਂ ਪੁਰਾਣੀਆਂ ਦੁਆਰਾਂ ਅਤੇ ਸੰਭਾਲ ਬਹੁਤ ਵਧੀਆ ਰੱਖੀ ਹੋਈ ਆ। ਇੱਧਰ ਨੂੰ ਖੂਹ ਬਣਾ ਕੇ ਦਿਖਾਉਂਦੇ ਹਾਂ ਤੁਹਾਨੂੰ, ਬਾਕੀ ਤੁਸੀਂ ਦੁਆਰਾਂ ਚੈੱਕ ਕਰੋ, ਸਾਰੇ ਰਾਜਿਆਂ ਦੇ ਕਮਰੇ ਹੋਣੇ ਇਹ। ਡੂੰਘਾ ਕਿੰਨਾ ਵਾ, ਇਮਾਰਤ ਤਾਂ ਖੂਬਸੂਰਤ ਹੈਗੀ ਹੈ ਜੀ, ਇਹਦੇ ਨਾਲ ਦੇਖੋ ਪੰਛੀਆਂ ਦਾ ਵੀ ਪੂਰਾ ਖਿਆਲ ਰੱਖਿਆ ਜਾਂਦਾ ਵਾ। ਦੇਖੋ ਇਹਦਾ ਇੱਕ ਹੋਰ ਖੂਹ ਵੀ ਆ, ਉਹ ਬਿਲਕੁਲ ਸਾਹਮਣੇ ਆ। ਇਸ ਟਾਈਮ ਤਾਂ ਵੈਸੇ ਉਰੇ ਜਵਾਕ ਖੇਡਦੇ ਪਏ ਨੇ, ਫੁੱਟਬਾਲ ਖੇਡਦੇ ਪਏ। ਪਿੰਡਾਂ ਦਾ ਘਰ ਦੇਖੋ, ਕਹਿੰਦੇ ਜੀ ਇਹਨਾਂ ਨੇ ਹੁਣ ਕਬਜ਼ਾ ਕੀਤਾ ਹੋਇਆ ਇਹਦੇ 'ਤੇ। ਦੇਖੋ ਕਿੰਨਾ ਵਧੀਆ ਬਣਾ ਕੇ ਰੱਖੀ ਇਮਾਰਤ, ਕਿੰਨੀ ਵੈਸੇ ਉਰੇ ਸੰਭਾਲ ਆ, ਇੰਨੀ ਸੋਹਣੀ ਖੂਬਸੂਰਤ ਜਗ੍ਹਾ ਇਹ। ਇੱਥੇ ਬਹੁਤ ਜ਼ਿਆਦਾ ਫੋਟੋ ਸ਼ੂਟ ਵੀ ਹੁੰਦੇ ਆ, ਇੱਥੇ ਰੰਗ ਦੇ ਬਸੰਤੀ ਦੀ ਸ਼ੂਟਿੰਗ ਵੀ ਹੋਈ ਆ। ਇਮਾਰਤ ਦਾ ਬਹੁਤ ਜ਼ਿਆਦਾ ਖਿਆਲ ਰੱਖਿਆ ਹੋਇਆ, ਪੰਛੀਆਂ ਦਾ ਵੀ ਜਿਵੇਂ ਤੁਹਾਨੂੰ ਦੱਸਿਆ ਖਿਆਲ ਰੱਖਿਆ ਜਾਂਦਾ, ਲੇਕਿਨ ਨਾ ਕੁਝ ਕੁ ਬਿਲਡਿੰਗ ਉਰੋਂ ਕੋ ਖਰਾਬ ਹੋ ਚੁੱਕੀ ਆ, ਜੇ ਤੁਹਾਨੂੰ ਦਿਖਾਵਾਂ ਤਾਂ ਦੇਖੋ ਆ ਉਰੋਂ ਸਾਰੀਆਂ ਢਹਿ ਚੁੱਕੀਆਂ ਨੇ। ਬਾਕੀ ਐਂ ਜੋ ਮੈਂ ਉੱਪਰ ਚੜ੍ਹ ਕੇ ਦਿਖਾਉਂਦੇ ਹਾਂ, ਉੱਪਰ ਚੜ੍ਹ ਕੇ ਦਿਖਾਉਂਦੇ ਹਾਂ ਵੀ ਕਿੱਦਾਂ ਦੀ ਵਿਊ ਆ ਰਿਹਾ ਵਾ। ਡਰਾਉਣਾ ਸੀ ਨਾ, ਲੇਕਿਨ ਇੱਥੋਂ ਵਿਊ ਬੜਾ ਵਧੀਆ ਆਉਂਦਾ, ਵਿਊ ਦਿਖਾਵਾਂ ਤੁਹਾਨੂੰ। ਇੱਧਰੋਂ ਦੀ ਹੋਰ ਉੱਪਰ ਨੂੰ ਰਸਤਾ ਜਾਂਦਾ, ਲੇਕਿਨ ਇੱਥੋਂ ਤਾਂ ਬਿਲਕੁਲ ਹੀ ਇਹ ਰਸਤਾ ਖਰਾਬ ਹੋਇਆ ਪਿਆ। ਆਹ ਦੇਖੋ ਬਿਲਕੁਲ ਇਮਾਰਤ ਡਿੱਗੀ ਪਈ ਆ, ਹੋਰ ਇਹ ਗੁਰੂ ਘਰ ਇੱਧਰੋਂ ਰਸਤਾ ਹੋਰ ਉੱਪਰ ਨੂੰ ਜਾਂਦਾ। ਦੇਖੋ ਜੀ ਸਿਖਰ ਦੇ ਟੋਪ ਤੋਂ ਕਿੰਨਾ ਸੋਹਣਾ ਵਿਊ ਆਉਂਦਾ ਜੀ, ਲਓ ਘੈਂਟ ਆ ਨਾ ਬਿਲਕੁਲ। ਕਿਲ੍ਹੇ ਦੇ
ਸਿਖਰ ਤੋਂ ਦੇਖੋ ਗੁਰਦੁਆਰਾ ਸਾਹਿਬ ਕਿੰਨਾ ਵਧੀਆ ਦਿਖ ਰਿਹਾ, ਪਾਣੀ ਵਾਲੀ ਟੈਂਕੀ ਸਟਾਰਟਿੰਗ ਤੋਂ ਲੈ ਕੇ ਬਾਕੀ ਉਰੇ ਹਰਿਆਲੀ ਦੇਖੋ ਕਿੰਨੀ ਵਧੀਆ। ਲੇਕਿਨ ਇਕੱਲੀ ਵਧੀਆ ਵਧੀਆ ਲੋਕੇਸ਼ਨ ਦੇਖਦੇ ਦੇਖਦੇ ਇੱਥੇ ਨੀਚੇ ਨਾ ਨਿਕਲ ਜਾਓ। ਦੇਖੋ ਇੱਥੋਂ ਸੀਗੀ ਮੇਨ ਐਂਟਰੈਂਸ, ਮੇਨ ਐਂਟਰੈਂਸ ਤੋਂ ਬਾਹਰ ਵੀ ਦੇਖੋ ਕਿੰਨੀ ਦੂਰ ਬਾਉਂਡਰੀ ਕੀਤੀ ਹੋਈ ਆ। ਇਹ ਸਾਰੀ ਸੇਫਟੀ ਲਈ ਕੀਤੀ ਗਈ ਸੀ ਮਹਾਰਾਜਿਆਂ ਦੇ ਲਈ। ਚੰਗਾ ਜੀ ਬਾਕੀ ਹੁਣ ਚੱਲਦੇ ਹਾਂ, ਬਹੁਤ ਹਨੇਰਾ ਹੋ ਚੱਲਿਆ ਵਾ ਅਤੇ ਟਾਈਮ ਨਾਲ ਘਰੇ ਨੂੰ ਪਹੁੰਚੀਏ। 2000 years later ਵੀਡੀਓ ਬਣਾਉਂਦੇ ਬਣਾਉਂਦੇ ਥੋੜ੍ਹੀ ਭੁੱਖ ਲੱਗੀ ਸੀਗੀ, ਖਾਣ ਪੀਣ ਆਏ ਸੀਗੇ, ਮੈਕੜੀ ਦੇ ਅੰਦਰ ਆਏ ਸੀਗੇ। ਅੰਦਰ ਸਿਟਿੰਗ ਤਾਂ ਅਲਾਊਡ ਹੈ ਨਹੀਂ, ਜਿਵੇਂ ਆਹ ਦੇਖੋ, ਜਿਵੇਂ ਤੁਸੀਂ ਦੇਖਿਆ ਨਾ ਸਿਟਿੰਗ ਤਾਂ ਅਲਾਊਡ ਹੈ ਨਹੀਂ, ਲੇਕਿਨ ਪੰਜਾਬੀ ਤਾਂ ਫਿਰ ਪੰਜਾਬੀ ਹੁੰਦੇ ਨੇ, ਧੱਕੇ ਨਾਲ ਬੈਠ ਹੀ ਗਏ। ਬਾਕੀ ਦੇਖੋ ਜਿਵੇਂ ਸਿਟਿੰਗ ਸਾਰੀ ਖਾਲੀ ਹੋਈ, ਦੇਖੋ ਦੇਖੋ ਜੀ ਸਾਰੀਆਂ ਚੇਅਰ ਖਾਲੀ ਹੋਈ। ਆਹ ਕਿੰਨਾ ਸੋਹਣਾ ਜੀ, ਜਵਾਕਾਂ ਦੇ ਖੇਡਣ ਲਈ ਬਣਾਇਆ ਹੋਇਆ ਸੀਗਾ ਲੇਕਿਨ ਕੋਵਿਡ ਕਰਕੇ ਬੰਦ ਆ। ਲਓ ਜੀ ਖਾਣਾ ਪੀਣਾ ਹੋ ਗਿਆ ਡਨ। ਅਗਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ। ਮਿਲਦੇ ਹਾਂ ਫਿਰ ਆਪਾਂ ਨੈਕਸਟ ਵਲੌਗ ਦੇ ਵਿੱਚ। ਚੰਗਾ ਜੀ, ਸਤਿ ਸ਼੍ਰੀ ਅਕਾਲ।